ਬਦਲਾਵ ਦੀ ਸਰਕਾਰ ਇਹਨਾਂ ਨੂੰ ਆਖਿਆ ਜਾਂਦਾ, ਲੱਗ ਰਿਹਾ ਬਦਲਾਵ ਤੁਹਾਨੂੰ? ਇਹਨਾਂ ਨੂੰ ਕਿਹਾ ਵੀ ਇੱਥੇ ਆ ਡੰਡਾ ਮਾਰ ਕੇ ਤੁਸੀਂ ਸਫਾਈ ਕਰਾ ਦਿਓ, ਵੀ ਚੈਂਬਰ ਖੁੱਲ੍ਹਾ ਹੈ ਗਿਆ। ਇਹਨਾਂ ਨੇ ਡੰਡਾ ਲਿਆਂਦਾ 3-4 ਫੁੱਟ, ਉਹ ਮਾਰਿਆ ਨਹੀਂ ਖੁੱਲ੍ਹਿਆ। ਕੋਈ ਇਹਨਾਂ ਦਾ ਬੋਰਡ ਲਾਉਣ 'ਚ ਰਾਜ਼ੀ ਨਹੀਂ ਹੈਗਾ, ਇੱਥੇ ਕੋਈ ਬੋਰਡ ਨਹੀਂ ਲਾਉਂਦਾ ਇਹਨਾਂ ਦਾ, ਇਹਨਾਂ ਦੇ ਬੋਰਡ ਅਸੀਂ ਲਵਾਏ। ਸਾਡੇ ਵੱਲੋਂ ਇਹ ਮੇਜਰ ਸਿੰਘ ਹੁਣਾਂ ਦੇ ਨੰਬਰ 'ਤੇ ਫੋਨ ਕੀਤਾ ਗਿਆ ਸੀ, ਪਰ ਇਹ ਮੇਜਰ ਸਿੰਘ ਹੁਣਾਂ ਦਾ ਨੰਬਰ ਜ਼ਰੂਰ ਇੱਥੇ ਕੋਈ ਹੋਰ ਨੰਬਰ ਲਿਖਿਆ ਗਿਆ ਹੋਇਆ। ਜਦੋਂ ਆਪਾਂ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਕਿ ਇਹ ਮੇਜਰ ਸਿੰਘ ਹੁਣਾਂ ਦਾ ਨੰਬਰ ਨਹੀਂ ਹੈ। ਮੇਜਰ ਸਿੰਘ ਜੀ ਗੱਲ ਕਰ ਰਹੇ ਹੋ? ਨਹੀਂ ਨਹੀਂ ਭਾਜੀ, ਨਹੀਂ ਜੀ, ਨਹੀਂ। ਉਹ ਤੁਹਾਡਾ ਨੰਬਰ ਫਿਰ ਗਲਤ ਲਿਖਿਆ ਗਿਆ ਇਹਨੇ? ਬਿਲਕੁਲ ਗਲਤ ਲਿਖਿਆ ਜੀ। ਪੰਜਾਬ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਤਾਂ 92 ਸੀਟਾਂ ਦੇ ਨਾਲ ਪੰਜਾਬ ਦੇ ਲੋਕਾਂ ਨਾਲ ਇੱਕ ਵੱਡੀ ਦੇਣ ਜ਼ਰੂਰ ਦਿੱਤੀ, ਪਰ ਕਿਤੇ ਨਾ ਕਿਤੇ ਉਹ ਆਪਣੇ ਕੰਮ ਜਿਹੜੇ ਨੇ ਉਹ ਕਰਾਉਣਾ ਭੁੱਲ ਗਏ ਨੇ। ਸੋ ਅਜਿਹੇ ਕੰਮ ਦੀ ਜੇਕਰ ਗੱਲ ਕਰਾਂ ਤਾਂ ਇੱਕ ਪੋਰਸ਼ ਇਲਾਕੇ ਦੀ ਗੱਲ ਕਰਾਂ ਤਾਂ ਉੱਥੇ ਖੜ੍ਹੇ ਹੈਗੇ ਹਾਂ। ਅੰਮ੍ਰਿਤਸਰ ਦਾ ਨੈਕਸਸ ਮੌਲ, ਉਹਦੀ ਬੈਕ ਸਾਈਡ 'ਤੇ ਭਾਈ ਲਾਲੂ ਸਿੰਘ ਨਗਰ ਪੈਂਦਾ ਆ, ਵਾਰਡ ਨੰਬਰ 31 ਪੈਂਦੀ ਆ, ਜਿਸ ਦੇ ਸੀਵਰੇਜ 2 ਸਾਲ ਤੋਂ ਭਰੇ ਰਹਿੰਦੇ ਨੇ, ਕੋਈ ਹੱਲ ਜਿਹੜਾ ਉਹਦਾ ਨਹੀਂ ਨਿਕਲ ਪਾਇਆ। ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾਵਾਂਗਾ, ਇਹ ਵਾਰਡ ਨੰਬਰ 31 ਦੀਆਂ ਤਸਵੀਰਾਂ ਹੈਗੀਆਂ ਨੇ, ਜਿੱਥੇ ਇਸੇ ਹੀ ਤਰੀਕੇ ਦੇ ਨਾਲ ਜਿਹੜੇ ਚੈਂਬਰ ਨੇ ਉਹ ਭਰੇ ਰਹਿੰਦੇ ਨੇ। ਸੋ ਇੱਕ ਜਗ੍ਹਾ 'ਤੇ ਨਗਰ ਨਿਗਮ ਅੰਮ੍ਰਿਤਸਰ ਦੀਆਂ ਸੇਵਾਵਾਂ ਲਈ ਇਹ ਸੰਪਰਕ ਨੰਬਰ ਤਾਂ ਜ਼ਰੂਰ ਲਿਖੇ ਨੇ, ਪਰ ਇਹ ਵੀ ਲੋਕਾਂ ਕੋਲੋਂ ਪੁੱਛਾਂਗੇ ਕਿ ਇਹ ਸੰਪਰਕ ਨੰਬਰ ਕਿੰਨਾ ਕੁ ਇਹਨਾਂ ਦੇ ਕੰਮ ਆ ਰਹੇ ਨੇ। ਖਾਸ ਕਰਕੇ ਇਸ ਤੋਂ ਪਹਿਲਾਂ ਸਾਡੇ ਵੱਲੋਂ ਇਹ ਮੇਜਰ ਸਿੰਘ ਹੁਣਾਂ ਦੇ ਨੰਬਰ 'ਤੇ ਫੋਨ ਕੀਤਾ ਗਿਆ ਸੀ, ਪਰ ਇਹ ਮੇਜਰ ਸਿੰਘ ਹੁਣਾਂ ਦਾ ਨੰਬਰ ਜ਼ਰੂਰ ਇੱਥੇ ਕੋਈ ਹੋਰ ਨੰਬਰ ਲਿਖਿਆ ਗਿਆ ਹੋਇਆ। ਜਦੋਂ ਆਪਾਂ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਕਿ ਇਹ ਮੇਜਰ ਸਿੰਘ ਹੁਣਾਂ ਦਾ ਨੰਬਰ ਨਹੀਂ ਹੈ, ਪਰ ਸਵਾਲ ਇਹ ਹੈ ਕਿ ਇੱਥੇ ਲੋਕਾਂ ਨੂੰ ਗੁੰਗਰਾਹ ਕੀਤਾ ਜਾ ਰਿਹਾ, ਸਵਾਲ ਕਈ ਖੜ੍ਹੇ ਹੋ ਸਕਦੇ ਨੇ। ਇੱਥੇ ਇਲਾਕਾ ਨਿਵਾਸੀ ਵੀ ਮੌਜੂਦ ਹੈਗੇ ਆ, ਗੱਲਬਾਤ ਆਪਾਂ ਜ਼ਰੂਰ ਕਰਾਂਗੇ ਕਿ ਆਖਿਰ ਲੰਬੇ ਸਮੇਂ ਤੋਂ ਇਹ ਮਸਲੇ ਦਾ ਹੱਲ ਕਿਉਂ ਨਹੀਂ ਹੋਇਆ। ਭਾਜੀ ਕੀ ਨਾਮ ਤੁਹਾਡਾ? ਮੇਰਾ ਨਾਮ ਹੈ ਪਲਵਿੰਦਰ ਸਿੰਘ ਸੰਧੂ। 2 ਸਾਲ ਤੋਂ ਤੁਸੀਂ ਜ਼ਿਕਰ ਕਰ ਰਹੇ ਸੀ ਤਰੀਕੇ ਨਾਲ ਚੈਂਬਰ ਭਰੇ ਰਹਿੰਦੇ ਆ, ਕੋਈ ਹੱਲ ਨਹੀਂ ਹੋਇਆ ਅਜੇ ਤੱਕ, ਕੀ ਤੰਗੀਆਂ ਮੁਸ਼ਕਲਾਂ ਆ ਰਹੀਆਂ ਨੇ? ਤੰਗੀਆਂ ਮੁਸ਼ਕਲਾਂ ਇਹ ਹੋਏ ਵੀਰ ਜੀ ਆਉਂਦੀਆਂ ਵੀ ਜਦੋਂ ਬਰਸਾਤ ਹੁੰਦੀ ਇੱਥੇ ਪਾਣੀ ਗੋੜੇ ਗੋੜੇ ਖਲੋ ਜਾਂਦਾ। ਇੱਥੇ ਅਲਫਾ 1 ਮੌਲ ਨਜ਼ਦੀਕ ਹੈਗਾ, ਲੋਕਾਂ ਨੇ ਮੌਲ ਦੇ ਵਿੱਚ ਕੰਮ ਕਰਨ ਜਾਣਾ ਹੁੰਦਾ, ਉਹ ਵਿਚਾਰਿਆਂ ਨੇ ਬੂਟ ਪਾਏ ਹੁੰਦੇ ਆ, ਉਹਨਾਂ ਨੇ ਬੂਟ ਮੁੜ ਕੇ ਹੱਥ 'ਚ ਫੜ ਕੇ ਨਾਲ ਚੱਪਲਾਂ ਲੈ ਕੇ ਆਉਂਦੇ ਆ, ਅਤੇ ਫਿਰ ਉਹ ਮੌਲ 'ਚ ਕੰਮ ਕਰਨ ਜਾਂਦੇ ਆ, ਫਿਰ ਸਾਡੇ ਵੀ ਬੱਚੇ ਸਕੂਲੇ ਜਾਂਦੇ, ਉਹਦਾ ਕਰਕੇ ਵੀ ਸਾਰੀ ਦਿੱਕਤ ਆਉਂਦੀ ਹੈ। ਜੇ ਤਾਂ ਇਹਨਾਂ ਨੂੰ ਕਈ ਦਾ ਚੈਂਬਰ ਵਾਲਿਆਂ ਨੂੰ ਵੀ ਭਾਈ ਤੁਸੀਂ ਚੈਂਬਰ ਸਾਫ਼ ਕਰ ਦਿਓ, ਉਹ ਆਉਂਦੇ ਆ ਜੀ ਇਹ ਸਾਡਾ ਕੰਮ ਨਹੀਂ ਹੈਗਾ। ਕਿਹਨਾਂ ਨੂੰ ਕਿਹਾ ਸੀ? ਇਹ ਆਪਣੇ ਇੱਥੇ ਆਪਣੇ ਹੈਗੇ ਜੇ ਆਪਣੇ ਜਈ ਆ, ਪਤਾ ਨਹੀਂ ਸੁਪਰਵਾਈਜ਼ਰ ਹੈਗੇ ਇੱਥੇ, ਸੁਪਰਵਾਈਜ਼ਰ ਸਾਹਿਬ ਨੂੰ ਕਿਹਾ, ਉਹ ਕਹਿੰਦਾ ਸਾਡਾ ਕੰਮ ਨਹੀਂ, ਇਹ ਹੈਗਾ ਜੀ ਪ੍ਰਾਈਵੇਟ ਵਾਲਿਆਂ ਦਾ ਕੰਮ ਆ, ਉਹਨਾਂ ਦਾ ਕੰਮ ਆ, ਸਿਵਲ ਵਾਲਿਆਂ ਦਾ, ਸਾਡਾ ਕੰਮ ਨਹੀਂ ਹੈਗਾ। ਸਾਡਾ ਕੰਮ ਹੈਗਾ ਸੀਵਰ ਸਾਫ਼ ਕਰਨਾ, ਚਲੋ ਮੰਨਿਆ ਤੁਹਾਡਾ ਸੀਵਰ ਸਾਫ਼ ਕਰਨਾ। ਇਹਨਾਂ ਨੂੰ ਕਿਹਾ ਵੀ ਇੱਥੇ ਆ ਡੰਡਾ ਮਾਰ ਕੇ ਤੁਸੀਂ ਸਫਾਈ ਕਰਾ ਦਿਓ, ਵੀ ਚੈਂਬਰ ਖੁੱਲ੍ਹਾ ਹੈਗਾ। ਇਹਨਾਂ ਨੇ ਡੰਡਾ ਲਿਆਂਦਾ 3-4 ਫੁੱਟ, ਉਹ ਮਾਰਿਆ ਨਹੀਂ ਖੁੱਲ੍ਹਿਆ। ਮੁੜ ਕੇ ਇਹਨਾਂ ਕੀ ਕੀਤਾ, ਡੰਡਾ ਚੁੱਕਿਆ, ਘਰ ਨੂੰ ਚਲ ਗਏ, ਕਹਿੰਦੇ ਜੀ ਅਸੀਂ ਨਾ ਡੰਡਾ ਨਵਾਂ ਲੈ ਗਏ, ਨਾਲੇ ਅਸੀਂ ਰੋਟੀ ਖਾ ਗਏ। ਅੱਜ 4 ਦਿਨ ਹੋ ਗਏ ਨਾ ਤਾਂ ਇਹ ਡੰਡਾ ਲੈ ਕੇ ਆਏ ਅਤੇ ਨਾ ਇਹ ਆਪ ਆਏ, ਅਤੇ ਲੋਕ ਬਹੁਤ ਪਰੇਸ਼ਾਨ ਹੈਗੇ ਇਹਨਾਂ ਤੋਂ। 92 ਸੀਟਾਂ ਦੇ ਨਾਲ ਜਿਤਾਇਆ ਹੋਇਆ MLA, 92 ਪੰਜਾਬ ਦੇ ਵਿੱਚ ਇੱਕ ਵੱਡੀ ਦੇਣ ਸੀਗੀ, ਬਦਲਾਵ ਦੀ ਸਰਕਾਰ ਇਹਨਾਂ ਨੂੰ ਆਖਿਆ ਜਾਂਦਾ, ਲੱਗ ਰਿਹਾ ਬਦਲਾਵ ਤੁਹਾਨੂੰ ਹੁਣ? ਬਦਲਾਅ ਇੱਦਾਂ ਹੀ ਅਸੀਂ ਪੂਰਾ ਜ਼ੋਰ ਲਾਇਆ ਇਹਨਾਂ ਦੇ ਮਗਰ, ਕੋਈ ਇਹਨਾਂ ਦਾ ਬੋਰਡ ਲਾਉਣ 'ਚ ਰਾਜ਼ੀ ਨਹੀਂ ਹੈਗਾ, ਇੱਥੇ ਕੋਈ ਬੋਰਡ ਨਹੀਂ ਲਾਉਂਦਾ ਇਹਨਾਂ ਦਾ, ਇਹਨਾਂ ਦੇ ਬੋਰਡ ਅਸੀਂ ਲਵਾਏ। ਇਹਨਾਂ ਨੂੰ ਅਸੀਂ ਲੋਕਾਂ ਨੂੰ ਕਹਿ ਕੇ ਵੋਟਾਂ ਪਵਾਈਆਂ, ਪਰ ਇਹਨਾਂ ਨੇ ਕੀ ਆ ਹੱਲ ਦਿੱਤਾ। ਜਿਹੜੇ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਨਹੀਂ ਹੋਈਆਂ, ਇਲੈਕਸ਼ਨਾਂ ਹੋਣੀਆਂ ਵੀ ਨਹੀਂ ਮੈਨੂੰ ਲੱਗਦਾ, ਜਿਹੜੇ ਹਿਸਾਬ ਨਾਲ ਬਾਕੀ ਪਿੱਛੇ ਕੀ ਰਹਿ ਕੀ ਗਿਆ, ਹਜੇ ਸਰਪੰਚ ਦੀਆਂ ਇਲੈਕਸ਼ਨਾਂ ਬਾਕੀ ਪਈਆਂ, ਕਾਰਪੋਰੇਸ਼ਨ ਦੀਆਂ, ਹਜੇ ਤਾਂ ਇਹਨਾਂ ਨੇ ਜਿਮਨੀ ਚੋਣਾਂ 'ਚ ਲੱਗੇ ਰਹਿਣਾ। ਇਹ ਕਹਿੰਦੇ ਸੀ ਵੀ ਜੇ ਅਸੀਂ ਕੰਮ ਕਰਾਵਾਂਗੇ ਤਾਂ ਵੋਟਾਂ ਮੰਗਣ ਆਵਾਂਗੇ, ਹੁਣ ਇਹ ਵੋਟਾਂ ਮੰਗਣ ਕਿਉਂ ਆਉਣ ਡੇ ਆ? ਵੋਟਾਂ ਮੰਗਣ ਆਉਣ ਨਾ ਨਾ ਫਿਰ, ਇਹ ਜਿਹਦੇ ਨਾਲ ਕੰਮ 'ਤੇ ਕੋਈ ਕਰਾਇਆ ਨਹੀਂ, ਇੱਕ ਕੰਮ ਕਰਾਇਆ ਦੱਸ ਦਿਓ ਵੀ ਇਹਨਾਂ ਇੱਕ ਕੰਮ ਵੀ ਕਰਾਇਆ ਹੋਵੇ ਸਾਡੇ। ਵੋਟ ਤੁਹਾਡਾ ਅਧਿਕਾਰ ਹੁੰਦਾ,
ਐਮਐਲਏ ਡਾਕਟਰ ਜੀਵਨਜੋਤ ਕੌਰ ਨੇ ਇਸ ਇਲਾਕੇ ਦੇ ਆਏ ਨਹੀਂ ਕਦੀ ਇੱਥੇ ਪੁੱਛਗਿੱਛ ਕਰਨ? ਆ ਇੱਕ ਦਿਨ ਆਏ ਇੱਥੇ ਜਿੱਦਣਾ ਵੋਟਾਂ ਸੀ ਉਦਣਾ ਇੱਥੇ ਗੱਡੀ ਦੇ ਵਿੱਚ ਚੜ੍ਹ ਕੇ ਡੋਰ ਟੂ ਡੋਰ ਚੱਲ ਗਏ। ਕਿਸੇ ਨੂੰ ਪੁੱਛਿਆ ਨਹੀਂ ਵੀ ਕੀ ਮੁਸ਼ਕਿਲ ਆ ਕੀ ਕੁਛ ਨਹੀਂ, ਕਿਸੇ ਵੋਟਾਂ ਵੇਲੇ ਆਉਂਦੇ ਨੇ ਉਸ ਤੋਂ ਉਹ ਤਾਂ ਕੁਛ ਨਹੀਂ, ਉਹ ਤਾਂ ਕਦੀ ਕੋਈ ਨਹੀਂ ਵੋੜਿਆ, ਕੁਛ ਨਹੀਂ, ਕਦੀ ਕੋਈ ਨਹੀਂ ਆਇਆ ਨਾ। ਇਸ ਤਰੀਕੇ ਨਾਲ ਆਸ ਹੈਗੀ ਹੁਣ ਕਿਵੇਂ ਕੰਮ ਹੋਏਗਾ? ਇਹ ਨੰਬਰ ਲਿਖੇ ਨੇ ਇੱਥੇ 5-6 ਜਾਣੇ ਦੇ ਨੰਬਰ ਲਿਖੇ ਨੇ, ਇਹ ਕੰਮ ਆਏ ਨੇ ਸੰਪਰਕ ਨੰਬਰ ਦੀ ਆਏ ਨਹੀਂ, ਬੰਦੇ ਪੌੜੇ ਨਹੀਂ ਕਦੀ ਨਾ। ਇਹ ਵੀ ਗੋਂਗਲਾਂ 'ਤੇ ਮਿੱਟੀ ਝਾੜ ਦਿੰਦੇ ਆ, ਇਹ ਇੱਕ ਦੂਜੇ 'ਤੇ ਮਾਰਦੇ ਆ। ਤੁਹਾਨੂੰ ਦੱਸਿਆ ਵੀ ਉਹ ਪ੍ਰਾਈਵੇਟ ਵਾਲਿਆਂ ਦਾ ਕੰਮ ਹੈ ਕਹਿ ਦਿੰਦੇ, ਉਹ ਆਉਂਦੇ ਆ ਜੀ ਇਹ ਕਾਰਪੋਰੇਸ਼ਨ ਵਾਲਿਆਂ ਦਾ ਕੰਮ ਆ, ਇਹ ਤਾਂ ਹੀ ਇੱਥੇ ਕੂੜੇ ਵਾਲੀ ਗੱਡੀਆਂ ਦਾ ਕੰਮ ਆ। ਉਹ ਕੂੜੇ ਵਾਲੀ ਗੱਡੀ 8-8 ਦਿਨ ਨਹੀਂ ਆਉਂਦੀ ਅਤੇ ਕੂੜਾ ਲੋਕ ਜਿਹੜਾ ਇੱਥੇ ਗਲੀਆਂ ਦੇ ਵਿੱਚ ਸੁੱਟਦੇ ਆ। ਹੁਣ ਉੱਥੇ ਪਲਾਟ ਭਰਿਆ ਪਿਆ, ਕੱਲ੍ਹ ਸਾਰਾ ਪਲਾਟ ਇਲਾਕਾ ਨਿਵਾਸੀਆਂ ਨੇ ਉੱਥੇ ਸਾਫ਼ ਕਰਵਾਇਆ। ਤੁਸੀਂ ਜ਼ਿਕਰ ਕਰ ਰਹੇ ਸੀ ਕਿ ਅਲਫਾਵਨ ਦੀ ਜਿਹੜੀ ਬੈਕ ਸਾਈਡ ਨਾਲ ਗਲੀ ਹੈ ਉਹ ਵੀ ਸਾਰੀ ਭਰੀ ਰਹਿੰਦੀ ਹੈ? ਮੇਨ ਰੋਡ ਸਾਰਾ ਭਰਿਆ ਜੀ, ਵੇਖ ਲਓ ਇੱਕ ਦਿਨ ਇਹ ਆਏ ਸੀ ਗੱਡੀਆਂ ਲੈ ਕੇ, ਕਹਿੰਦੇ ਮੈਨੂੰ ਆਉਂਦੇ ਸੰਤ ਸਾਹਿਬ ਅੱਜ ਅਸੀਂ ਸਫਾਈ ਕਰਾ ਦੇਣੀ ਸਾਰੇ ਇੱਥੇ ਇਲਾਕੇ ਦੀ, ਵੀ ਇਹ ਆ ਵੇਖੋ ਬੰਦੇ ਆਏ ਆ। ਇਹਨਾਂ ਕੀਤਾ ਉੱਥੇ, ਮੈਂ ਵੇਖਿਆ ਅੱਧਾ ਪੌਣਾ ਘੰਟਾ ਬੈਠੇ, ਇਹਨਾਂ ਚਾਹ ਪੀਤੀ ਨਾਲ ਪਕੌੜੇ ਪਕੌੜੇ ਖਾਧੇ ਰੇਹੜੀ ਵਾਲੇ ਕੋਲ ਅਤੇ ਉੱਥੋਂ ਨਿਕਲਦੇ ਬਣੇ। ਮੈਂ ਇਹਨੂੰ ਫੋਨ ਕੀਤਾ ਸੁਪਰਵਾਈਜ਼ਰ ਨੂੰ, ਮੈਂ ਵੀ ਤੁਸੀਂ ਚੈਂਬਰ ਨਹੀਂ ਖੋਲਿਆ? ਕਹਿੰਦਾ ਭਾਅ ਜੀ ਉਹ ਤਾਂ ਚੈਂਬਰ ਦੇ ਵਿੱਚ ਪੈਪ ਹੀ ਨਹੀਂ ਹੈਗਾ। ਮੈਂ ਵੀ ਐਡੀ ਚੈਂਬਰ ਕਿਸ ਕੰਮ ਦਾ, ਚੈਂਬਰ ਦੇ ਵਿੱਚ ਪੈਪ ਕਿਉਂ ਨਾ ਪਾਇਆ ਹੋਊਗਾ, ਐਡੀ ਗੱਲ ਕਿਹੜੀ ਹੋ ਸਕਦੀ ਵੀ ਪੈਪ ਵੀ ਨਾ ਪਾਇਆ ਹੋਊ? ਕਹਿੰਦੇ ਨਹੀਂ ਚੈਂਬਰ 'ਚ ਪੈਪ ਨਹੀਂ ਹੈਗਾ। ਮੈਂ ਚਲੋ ਮੰਨਿਆ ਇੱਕ 'ਚ ਨਹੀਂ ਹੈਗਾ, ਬਾਕੀ ਜਿਹੜੇ 4 ਹੈਗੇ ਉਹ ਖੋਲ ਦਿਓ, ਉਹ ਖੋਲ ਦਿਓ ਨਾ। ਇਹਨਾਂ ਨਹੀਂ ਖੋਲੇ, ਇਹਨਾਂ ਆਪਣਾ ਡੰਡੀ ਡੁੰਡਾ ਫੜਿਆ ਅਤੇ ਕਰਨ ਚਲੇ ਗਏ। ਅੱਛਾ ਭਾਅ ਜੀ ਕੀ ਨਾਮ ਤੁਹਾਡਾ? ਤੇਜਿੰਦਰ ਸਿੰਘ ਜੀ। ਹੁਣ ਤੱਕ ਕਿੱਥੋਂ ਕਿੱਥੋਂ ਤੱਕ ਪਹੁੰਚ ਕਰ ਪਾਏ ਹੋ ਇਹ ਕੰਮ ਕਰਵਾਉਣ ਦੇ ਵਿੱਚ? ਸੁਪਰਵਾਈਜ਼ਰਾਂ ਨੂੰ ਹੀ ਫੋਨ ਕਰੀਦਾ ਆ, ਜੋ ਇੰਚਾਰਜ ਬਣਾਇਆ ਆ ਵਾਰਡ ਦਾ ਮਨਮੋਹਨ ਸਿੰਘ, ਉਹਨੂੰ ਕਹੀਦਾ। ਉਹ ਵੀ ਕਹਿੰਦਾ ਅੱਜ ਕਰਵਾ ਦਿੰਦਾ, ਕੱਲ੍ਹ ਕਰਵਾ ਦਿੰਦਾ, ਇੱਕ ਦੋ ਦਿਨ ਦਿਓ, ਕੋਈ ਕੰਮ ਨਹੀਂ ਹੋਣ ਡਿਆ। ਪਰਸੋਂ ਹੀ ਆਪਣੇ ਕੋਲੋਂ ਪੈਸੇ ਪਾ ਕੇ ਉੱਥੇ ਸੀਮਿੰਟ ਪਾਇਆ, ਚੈੱਕ ਕਰ ਸਕਦੇ ਤੁਸੀਂ ਸਾਡੇ ਨਾਲ ਜਾ ਕੇ। ਉਸ ਟਾਈਮ ਵੀ ਉਹਦੀ ਕਾਲ ਆ ਗਈ ਆ। ਅੱਛਾ ਤੁਸੀਂ ਕੰਮ ਖੁਦ ਆਪਣੇ ਪੈਸਿਆਂ ਤੋਂ ਕਰਵਾਇਆ? ਪੈਸਿਆਂ ਦਾ ਕਰਵਾਇਆ ਜੀ, ਕੱਲ੍ਹ ਹੀ 4200 ਰੁਪਇਆ ਖਰਚ ਕੇ। ਮੇਰੇ ਗੁਆਂਢ ਹੈਗੇ ਚਾਚੀ ਜੀ, ਇਹਨਾਂ ਨੇ ਖੁਦ ਆਪਣਾ 4200 ਰੁਪਇਆ ਖਰਚ ਕੇ ਪਲਾਟ ਸਾਫ਼ ਕਰਵਾਇਆ। ਅੱਛਾ ਤੁਸੀਂ ਟੈਕਸ ਵੀ ਭਰਦੇ ਹੋਵੋਗੇ ਮੇਰੇ ਖਿਆਲ, ਅਤੇ ਫਿਰ ਟੈਕਸ ਦਾ ਕੰਮ ਫਿਰ ਕਿਸ ਕੰਮ ਜਾ ਰਿਹਾ? ਅਸੀਂ GST ਦਿੰਦੇ ਹਾਂ 18%, ਦੂਜੇ ਟੈਕਸ ਪਾ ਕੇ 25% ਟੈਕਸ ਦਿੰਦੇ ਹਾਂ। ਸਾਡਾ ਇੰਨਾ ਕੁ ਜੀਣਾ ਆਰਾਮ ਆ, ਇੱਥੋਂ ਲੰਘੀ ਹੈ ਨਾ ਅਤੇ ਨਰਕ ਹੈਗਾ, ਇੱਧਰ ਜਾਂਦੇ ਨਰਕ ਆ, ਉਹ ਜਾ ਕੇ ਵੇਖੋ ਨਰਕ ਹੈਗਾ। ਸਾਡੀ ਕੋਈ ਵੀ ਸਾਡੀ ਫਾਇਦਾ ਨਹੀਂ ਹੈਗਾ। ਦਿਨੇ ਦਾ ਮੋਬਾਈਲ ਮੇਰੇ ਕੋਲ ਖੋ ਕੇ ਲੱਗਾ, ਕੋਈ ਪੁਲਿਸ ਸਾਡੀ ਸੁਣਵਾਈ ਨਹੀਂ ਕਰਦਾ, ਕੋਈ ਕੁਛ ਨਹੀਂ, ਸਾਡੀ ਕੰਪਲੇਂਟ ਨਹੀਂ ਕਰਦਾ। ਅੱਜ ਇੱਕ ਲੜਕੀ ਕੋਲ ਚੈਨੀ ਖੋਲ੍ਹ ਕੇ ਲੈ ਗਏ ਆ, ਪਰਸ ਖੋ ਕੇ ਲੈ ਗਏ, ਉਹ ਵੀ ਭੱਜ ਗਏ, ਅਸੀਂ ਫੜਿਆ ਜਾ ਕੇ। ਆ ਪੁੱਛੋ ਇਹਨਾਂ ਦੀ, ਕੱਲ੍ਹ ਐਕਟਿਵਾ ਚੋਰੀ ਹੋ ਗਈ ਇਹਨਾਂ ਦੀ, ਕੋਈ ਸੁਣਵਾਈ ਨਹੀਂ ਠਾਣੇ, ਕੋਈ ਕੁਛ ਨਹੀਂ ਸਾਡੀ। ਫਿਰ ਕਿਸ ਤਰੀਕੇ ਨਾਲ ਫਿਰ ਆਪਣੀਆਂ ਮੰਗਾਂ ਕਿਤੇ ਕੋਲ ਲੈ ਕੇ ਜਾਈਏ? ਅਤੇ ਤੁਸੀਂ ਦੱਸੋ, ਅਸੀਂ ਗੁਲਾਮ ਹੈਗੇ ਹਾਂ, ਅਸੀਂ ਇੱਥੇ ਗੁਲਾਮ ਹੈ, ਰੱਬ ਵਾਸਤੇ ਹੈਗੇ ਹਾਂ, ਸਾਡੀ ਕੋਈ ਸੁਣਵਾਈ ਨਹੀਂ। ਉਹ ਘਰੋਂ ਨਿਕਲਦੇ ਹਾਂ, ਫੜ ਕੇ ਮੋਬਾਈਲ ਖੋ ਕੇ ਲੈ ਲੈਂਦਾ, ਕੋਈ ਗੱਡੀ ਖੋ ਲੈਂਦਾ, ਕੀ ਕਰੀਏ? ਪਾਣੀ ਦੇ ਮਸਲੇ ਨੂੰ ਕਿੰਨੀ ਦੇਰ ਹੋ ਗਈ ਇਸ ਤਰੀਕੇ? ਪਾਣੀ ਦੇ ਮਸਲੇ ਸਾਲ ਹੋ ਗਿਆ ਜੀ, ਸਾਲ ਕੋਈ ਇੱਥੇ ਵੋੜਦਾ ਨਹੀਂ, ਕਹਿ ਕਹਿ ਕੇ ਥੱਕ ਗਏ ਆ ਜੀ। ਕਾਰਪੋਰੇਸ਼ਨ ਤੱਕ ਵੀ ਪਹੁੰਚ ਕੀਤੀ ਆ, ਕੋਈ ਨਹੀਂ ਇੱਥੇ ਆਉਂਦਾ ਜੀ, ਕੋਈ ਨਹੀਂ ਆਉਂਦਾ। ਬੱਚਿਆਂ ਕੋਲ ਮੋਬਾਈਲ ਖੋਏ ਜਾਂਦੇ ਆ, ਬੂਹੇ 'ਚ ਲੱਗੀਆਂ ਸਕੂਟੀਆਂ ਚੁੱਕੀਆਂ ਜਾਂਦੀਆਂ ਵਾ। ਪਾਣੀ ਭਰ ਜਾਂਦਾ, ਬਰਸਾਤਾਂ ਹੁੰਦੀਆਂ ਨੇ, ਹੁਣ ਵੀ ਬਰਸਾਤ ਕਿਨਮਿਨ ਲੱਗੀ ਆ, ਜੇਕਰ ਇੱਥੇ ਪਾਣੀ ਭਰ ਜੇ ਪੂਰੀ ਗਲੀ ਦੇ ਵਿੱਚ ਫਿਰ ਕਿੰਨਾ ਕੁ ਜਿਉਣਾ ਔਖਾ ਲੱਗਦਾ? ਇੱਥੇ ਬਦਬੋ ਆਉਂਦੀ ਆ ਜੀ, ਉਹ ਪਾਣੀ ਮੋਟਰ ਵਿੱਚ ਜਾਂਦਾ ਵਾ, ਗੰਦਾ ਪਾਣੀ ਅਸੀਂ ਪੀਂਦੇ ਲੋਕ। ਆ ਟੋਏ ਵੇਖੋ ਜਾ ਕੇ, ਬੰਦਾ ਆਰਾਮ ਨਾਲ ਨਹਾ ਸਕਦਾ ਉੱਥੇ, ਉਹ ਟੱਬ ਬਣਿਆ ਸਾਡਾ। ਅੱਛਾ ਜਦੋਂ ਕਾਰਪੋਰੇਸ਼ਨ ਵਾਲੇ ਘਰਾਂ 'ਚ ਆਉਂਦੇ ਹੋਣਗੇ ਤੁਹਾਡੇ ਸਾਰਿਆਂ ਦੇ ਕਿ ਕੂਲਰਾਂ 'ਚ ਪਾਣੀ ਤਾਂ ਨਹੀਂ ਭਰਿਆ, ਡੇਂਗੂ ਮਲੇਰੀਆ ਫੈਲਦਾ ਆ, ਉਦੋਂ ਚਲਾਨ ਕੱਟਦੇ ਆ ਜੀ, ਇਹ ਸਾਡਾ ਮੱਲਾ ਰਜਿਸਟਰਡ ਹੀ ਨਹੀਂ ਹੈਗਾ। ਤੂੰ ਆਏ ਗੱਡੀ ਇੱਕ ਦੋ ਹੁੰਦੀ ਆ, ਹੋਰ ਨਹੀਂ ਕੋਈ ਆਉਂਦਾ ਇੱਥੇ, ਕੋਈ ਸਹੂਲਤ ਨਹੀਂ, ਕੋਈ ਕਿਸੇ ਦਾ ਨਹੀਂ ਹੈਗਾ। ਅਸੀਂ ਸਰਕਾਰ ਬਣਾਈ ਆਪਦੀ, ਸਾਡੀ ਕੋਈ ਸੁਣਵਾਈ ਨਹੀਂ ਕਿਤੇ, ਨਾ ਸਰਕਾਰ। ਵੋਟ ਕਿਹਨੂੰ ਪਾਈ ਸੀ? ਆਪ ਨੂੰ ਵੋਟ ਪਾਈ, ਬਦਲੇ ਬਦਲਾਵ ਦੀ ਸਰਕਾਰ, ਕੋਈ ਸਰਕਾਰ ਨਹੀਂ ਕਿਤੇ, ਨਾ ਕਾਨੂੰਨ ਦੀ ਲੰਘਣਾ ਹੁੰਦੀ, ਹੱਥਾਂ ਪਾਸੇ ਹੁੰਦੀ, ਸਾਡੀ ਕੋਈ ਸੁਣਵਾਈ ਨਹੀਂ ਗੀ, ਸਾਡਾ ਜੀਣਾ ਆਰਾਮ ਆ। ਇੱਕ ਟਰਾਲੀ ਖੜੀ ਅਤੇ ਕਿੰਨੀਆਂ ਫੋਟੋਆਂ ਖਿੱਚ ਕੇ ਲੈ ਗਏ ਸਾਡੇ ਸਾਹਮਣੇ, ਅਤੇ ਪਲਾਟ 'ਚੋਂ ਅਸੀਂ ਹੁਣ ਸਫਾਈ ਕਰਾਈ ਹੈਗੀ ਸਾਰੀ।
ਲਾਗੇ ਮੇਰੇ ਦੁਕਾਨ ਦੇ ਨਾਲ ਹੀ ਗਟਰ ਹੈਗਾ, ਮੈਂ ਖੁਦ ਸਫਾਈ ਕਰਦਾ ਰਿਹਾ। ਨਹੀਂ ਯਕੀਨ ਤਾਂ ਤੁਹਾਨੂੰ ਮੈਂ ਦਿਖਾ ਦਿੰਦਾ ਕਿੰਨਾ ਭਰਿਆ, ਹਾਲੇ ਤੱਕ ਮੈਂ ਸਾਈਡ 'ਤੇ ਰੱਖਿਆ, ਇਸੇ ਕਰਕੇ ਕਿ ਮੈਂ ਖੁਦ ਸਫਾਈ ਕਰਦਾ। ਮੇਰੀ ਦੁਕਾਨ ਹੈਗੀ ਆ ਕਿ ਤਸਵੀਰਾਂ ਦਾ ਜ਼ਿਕਰ ਕਰ ਰਹੇ ਸੀ, ਇੱਕ ਵਾਰ ਤਸਵੀਰਾਂ ਵੀ ਆਪਣੇ ਫੋਨ 'ਚ ਇੰਨਾ ਬਿੱਲ ਕਰਦੇ ਹਾਂ। ਆਹ ਵੇਖੋ ਜਾ ਕੇ ਵਾਇਰ ਦਾ, ਆਹ ਵੇਖੋ ਫੋਟੋਆਂ ਲਾਓ, ਆਹ ਵਾਇਰ ਕੋਈ ਕੀ ਹਾਲ ਬਣਿਆ ਤੁਹਾਨੂੰ? ਇੱਥੇ ਜੀਣਾ ਰਾਮ ਹੋਇਆ ਜੀ ਸਰ, ਇੱਥੇ ਕੋਈ ਸੁਣਵਾਈ ਨਹੀਂ, ਹਰ ਧੱਕੇ ਸ਼ਾਹੀ ਪਏ। ਆਹ ਵੇਖੋ ਆਹ ਬਿਜਲੀ ਘਰ ਬਣਿਆ ਜੀ, ਇਹਦੇ ਅੱਗ ਲੱਗ ਜੇ ਕੋਈ। ਬਿਲਕੁਲ, ਇਸ ਇਲਾਕੇ ਦੇ ਕਈ ਮਸਲੇ ਜਿਹੜੇ ਨੇ ਉਹ ਹੱਲ ਹੋਣ ਵਾਲੇ ਨੇ। ਸਹਿਯੋਗੀ ਨੂੰ ਕਹਾਂਗਾ ਇੱਕ ਵਾਰ ਤਸਵੀਰਾਂ ਇਹ ਜ਼ਰੂਰ ਦਿਖਾਈਆਂ ਜਾਣ। ਇਹ ਮੇਨ GT ਰੋਡ ਦੇ ਹਾਲ ਨੇ, ਅਲਫਾ 1 ਜਿਸ ਨੂੰ ਜ਼ਰੂਰ ਇੱਕ ਵੱਡਾ ਮੋਲ ਜ਼ਰੂਰ ਹੈਗਾ। ਇਹ ਭਾਈ ਲਾਲੋ ਨਗਰ ਦੀਆਂ ਤਸਵੀਰਾਂ ਨੇ। ਇਹ ਸਾਰਾ ਸੀਵਰੇਜ ਦਾ ਪਾਣੀ ਜਿਹੜਾ ਆ ਉਹ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਇਕੱਠਾ ਹੋਇਆ ਪਿਆ, ਇਕੱਠਾ ਹੁੰਦਾ ਭਾਜੀ ਪਾਣੀ, ਸਾਰੇ ਦੋ ਇਲਾਕਿਆਂ ਨੂੰ ਗਲੀ ਜੋੜਦੀ ਆ, ਲੇਕਿਨ ਸਾਰਾ ਪਾਣੀ ਸਾਰਾ ਲੈਣੀ ਇੱਥੇ ਆਉਂਦਾ। ਇੱਥੇ ਜੀਣਾ ਆਰਾਮ ਹੋਇਆ, ਬੱਚੇ ਬਿਮਾਰ ਪਏ ਆ, ਨਹੀਂ ਤਾਂ ਘਰਾਂ 'ਚ ਜਾ ਕੇ ਵੇਖ ਲਓ ਬੱਚੇ ਬਿਮਾਰ ਪਏ ਆ ਜੀ। ਹਾਂਜੀ, ਡੇਂਗੂ ਹੋਇਆ, ਬੱਚੇ ਬਿਮਾਰ ਪਏ ਆ, ਕੋਈ ਵੀ ਇੱਥੇ ਵੋੜਦਾ ਨਹੀਂ ਆ ਜੀ, ਕੋਈ ਵੀ ਇੱਥੇ ਪ੍ਰਸ਼ਾਸਨ ਨੂੰ ਬੜੇ ਵਾਰ ਕਹਿ ਕੇ ਵੇਖਿਆ ਵਾ, ਕੋਈ ਵੀ ਨਹੀਂ ਵੋੜਦਾ ਜੀ ਇੱਥੇ। ਹਾਂ, ਹਾਰ ਕੇ ਆਪ ਕਰਨ ਡਿਆ ਮਹੱਲੇ ਵਾਲੇ ਜੀ, ਵੋਟ ਪਾਈ ਹੋਣੀ ਤੁਸੀਂ ਵੀ? ਹਾਂ ਹਾਂ, ਅਸੀਂ ਵੋਟ ਪਾਈ ਆ। ਤੁਹਾਨੂੰ ਅਧਿਕਾਰ ਵੀ ਹੈਗਾ ਹੈ ਆਪਣੇ MLA ਕੋਲ? ਅਸੀਂ ਜਾਂਦੇ ਵੀ ਰਹੇ ਆ, ਅਸੀਂ ਜਾਂਦੇ ਵੀ ਰਹੇ ਨਾਲ, ਤਾਂ ਵੀ ਨਹੀਂ ਸਾਨੂੰ ਸੁਣਾਈ ਹੈਗੀ। MLA ਜਿੱਥੇ ਵੀ ਹੈ ਜਾਂਦੇ ਨਾਲ ਜਾਂਦੇ ਹਾਂ। ਸਾਡੇ ਜੀਵਨਜੋਤ ਕੌਰ ਇਹ ਉਸ ਦਿਨ ਆਏ ਸੀ ਜਿੱਦਣ ਇੱਥੇ ਇਲੈਕਸ਼ਨ ਸੀ ਨਾ ਜੀ, ਅਤੇ ਹੱਥ ਜੋੜ ਕੇ ਰੋਡ ਸ਼ੋਅ ਕੀਤਾ ਸੀਗਾ, ਅਤੇ ਮੁੜ ਕੇ ਤੁਹਾਡੇ ਵੱਲੋਂ ਫਰਜ਼ ਬਣਦਾ ਸੀ ਸਵਾਲ ਪੁੱਛਣ ਦਾ, ਪਰ ਉਹ ਗੱਡੀ 'ਤੇ ਚੜ੍ਹੇ ਸੀ ਅਤੇ ਉਤਰੇ ਹੀ ਨਹੀਂ ਨਾ, ਉਹ ਗੱਡੀ 'ਚ ਚੜ੍ਹੇ ਲੰਘੇ ਆ ਜੀ, ਉਤਰੇ ਨਹੀਂ, ਥੱਲੇ ਨਹੀਂ ਉਤਰੇ। ਇੱਥੇ ਇਲਾਕੇ ਦੀ ਸਾਰੀ ਨਹੀਂ ਕਿਸੇ ਨੇ ਲਈ ਜੀ। ਹਾਂ, ਮੈਡਮ ਜਿਵੇਂ ਹੁਣ 5 ਸਾਲ ਤਾਂ ਸਮਾਂ ਦੇ ਦਿੱਤਾ, ਇਸ ਤੋਂ ਬਾਅਦ ਜੇਕਰ ਫਿਰ ਆਉਂਦੇ ਨੇ ਵੋਟਾਂ ਮੰਗਣ ਆਮ ਆਦਮੀ ਪਾਰਟੀ ਦੀ, ਫਿਰ ਕਿਸ ਤਰੀਕੇ ਨਾਲ ਉਹਨਾਂ ਨੂੰ ਤੁਸੀਂ ਜਵਾਬ ਦਿਓਗੇ? ਕੌਣ ਪਾਏਗਾ ਵੋਟ? ਕੋਈ ਪਾਏਗਾ ਹੀ ਨਹੀਂ, ਜਦੋਂ ਕੰਮ ਜੋ ਕੰਮ ਕਰੇਗਾ ਇਹਨਾਂ ਨੂੰ ਭਜਾਵਾਂਗੇ ਇੱਥੋਂ, ਇਹਨਾਂ ਨੂੰ ਇੱਥੋਂ ਜਿਹੜੇ ਕੋਈ ਵੜੇਗਾ ਨਾ ਸਾਡੇ ਇਲਾਕੇ 'ਚ ਵੋਟ ਮੰਗਣ। ਹੁਣ ਜੇ ਕਾਰਪੋਰੇਸ਼ਨ ਦੀ ਵੋਟ ਵੀ ਲੈਣ ਆਉਣਗੇ ਤਾਂ ਵੀ ਭਜਾਵਾਂਗੇ, ਇਕੱਠੇ ਹੋ ਕੇ ਸਾਰੇ ਜਣੇ ਅਸੀਂ ਇਹਨਾਂ ਨੂੰ ਭਜਾਵਾਂਗੇ ਜੀ। ਹਾਂ, ਅੱਕੇ ਹੀ ਪਹਿਲਾਂ ਕਾਂਗਰਸ ਤੋਂ ਅੱਕੇ ਸੀ ਲੋਕੀ, ਫਿਰ ਅਕਾਲੀਆਂ ਤੋਂ ਵੀ ਅੱਕੇ ਸੀ, ਦੋਵਾਂ ਪਾਰਟੀਆਂ ਤੋਂ ਅੱਕੇ ਸੀ, ਠੀਕ ਆ। ਉਹਨਾਂ ਤੋਂ ਅੱਕ ਕੇ ਲੋਕਾਂ ਨੇ ਇਹਨਾਂ ਨੂੰ ਲਿਆਂਦਾ ਸੀ ਵੀ ਚਲੋ ਇਹ ਕੁਛ ਕਰਨਗੇ, ਪਰ ਇਹਨਾਂ ਨੇ ਤਾਂ ਉਹਨਾਂ ਤੋਂ ਵੀ ਜ਼ਰਾ ਬੇੜਾ ਗਰਕ ਕਰਕੇ ਰੱਖ ਦਿੱਤਾ। ਇਹਨਾਂ ਨੇ ਜਿਹੜੇ ਉਹ ਬੰਦੇ ਸੀ ਉਹ ਹੀ ਵਿੱਚ ਆਪਣੇ ਰਲਾਲੇ ਸਾਰੇ, ਉਹ ਹੀ ਇਹ ਨਾਨੀ ਦੋਤੀ ਸਾਰੇ ਫਿਰ ਇਕੱਠੇ ਹੋ ਗਏ ਉੱਥੇ, ਅਤੇ ਪਰੇਸ਼ਾਨ ਤਾਂ ਜਨਤਾ ਹੋ ਰਹੀ ਹੈ ਨਾ, ਜਨਤਾ ਦਾ ਕੋਈ ਕੰਮ ਨਹੀਂ ਹੋਇਆ ਅਜੇ ਤੱਕ ਨਾ, ਅਤੇ ਨਾ ਹੋਣਾ ਹੀ ਹੈ ਲੱਗਦਾ ਮੈਨੂੰ ਜਿਹੜੇ ਹਿਸਾਬ ਨਾਲ, ਕਿਉਂਕਿ ਪਿੱਛੇ ਰਹਿ ਕੀ ਗਿਆ ਕੰਮ ਹੁੰਦੇ ਉਹਦੇ ਭਈਏ ਦੇ ਇਲਾਕੇ ਦੇ ਫੋਕਲ ਪੈਣ ਦੇ, ਉਧਰੋਂ ਇਹਨਾਂ ਨੇ ਵੋਟ ਲੈਣੀ ਭਈਆਂ, ਕੋਈ ਪੰਜਾਬੀਆਂ ਕੋਲ ਵੋਟ ਕਾਹਦੀ ਲੈਣੀ ਹੈ? ਵਜ਼ੀਰ ਹੈਗੇ, ਬਾਬਾ ਜੀ ਹੈਗੇ ਨੇ, ਬਾਬਾ ਜੀ ਨਾਲ ਗੁਰਦੁਆਰਾ ਸਾਹਿਬ ਵੀ ਪੈਂਦਾ, ਪਰ ਗੁਰਦੁਆਰੇ ਦੇ ਨਾਲ ਜੋ ਹਾਲਾਤ ਬਣੇ ਨੇ ਉਹ ਕਾਫੀ ਨਿੰਦਣੀ ਹੋ ਗਏ। ਹਾਂਜੀ, ਬਹੁਤ ਨਿੰਦਣਯੋਗ ਨੇ, ਪਾਣੀ ਇੱਥੋਂ ਗਲੀਆਂ 'ਚੋਂ ਨਿਕਲਦਾ ਨੀਗਾ, ਇਕੱਠਾ ਹੋ ਕੇ ਖੜਾ ਰਹਿੰਦਾ ਵਾ, ਲੰਘਣ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਦਿੰਦੀ ਆ। ਅਸੀਂ ਮਹਾਰਾਜ ਦਾ ਸਰੂਪ ਲੈ ਕੇ ਜਾਣਾ ਅਤੇ ਦੂਜੀ ਗਲੀ ਤੋਂ ਉੱਪਰੋਂ ਦੀ ਲੈ ਕੇ ਗਏ ਹਾਂ ਜੀ, ਅਤੇ ਵਿੱਚੋਂ ਲੰਘਿਆ ਨਹੀਂ ਗਿਆ ਇੱਥੋਂ। ਫਿਰ ਦੂਸਰੀ ਘਰ ਜਾਂਦੇ ਹੋ ਪ੍ਰਕਾਸ਼ ਲੈ ਹਨ, ਜਦੋਂ ਫਿਰ ਮੁਸ਼ਕਲ ਆਉਂਦੀ ਹੈ, ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਹੈ ਜੀ। ਫਿਰ ਦੂਸਰੀ ਗੱਲ ਹੋਰ ਵੀ ਆ, ਅਸੀਂ ਆਪਣੇ ਘਰ ਤੋਂ ਵੀ ਸੀਵਰ ਸਾਫ਼ ਕਰਾਉਣਾ ਸੀਗਾ, ਉਹਨਾਂ ਨੇ ਸਾਡੇ ਕੋਲ 300-300 ਰੁਪਈਆ ਲੈ ਕੇ ਸੀਵਰ ਸਾਫ਼ ਕਰਨ ਵਾਸਤੇ ਵੀ 300-300 ਰੁਪਈਆ ਲਿਆ ਵਾ, ਅਤੇ ਸਾਡਾ ਸੀਵਰ ਨਹੀਂ ਸਾਫ਼ ਕਰਕੇ ਗਏ, ਰੁਪਈਆ ਵੀ ਲੈ, ਕੰਮ ਵੀ ਨਹੀਂ, 300 ਰੁਪਈਆ ਸਾਰੇ ਗਲੀ ਵਾਲਿਆਂ ਕੋਲ ਲੈ ਗਏ ਨੇ, ਅਤੇ ਸੀਵਰ ਵੀ ਨਹੀਂ ਸਾਫ਼ ਕਰਕੇ ਗਏ, ਗਟਰ ਉੱਦਾਂ ਭਰਿਆ ਪਿਆ ਆ। ਅੱਗੇ ਦਿਵਾਲੀ ਦੇ ਪੈਸੇ ਮੰਗਦੇ ਹੁੰਦੇ ਸੀ, ਮਹੀਨਾ ਆਉਂਦੇ ਹੁੰਦੇ ਸੀ ਆਪਣਾ ਮੇਲਾ ਲੈਣ ਜਾਂ ਲੋਹੜੀ 'ਤੇ, ਹੁਣ ਇਹ ਰੱਖੜੀ 'ਤੇ ਵੀ ਪੈਸੇ ਇਕੱਠੇ ਕਰਨ ਡਿਆ ਪਿਆ। ਰੱਖੜੀ ਦਾ ਕਦੀ ਹੋਇਆ ਮੇਲਾ? ਕਦੀ ਦੱਸੋ ਤੁਸੀਂ, ਕਦੀ ਕਦੀ ਸੁਣਿਆ ਤੁਸੀਂ ਕਦੀ ਵੀ ਰੱਖੜੀ ਦਾ ਵੀ ਮੇਲਾ ਕੋਈ ਇਕੱਠਾ ਕਰਦਾ ਹੋਵੇ? ਉਹਨੇ ਰੱਖੜੀ ਦੇ ਵੀ ਪੈਸੇ ਇਕੱਠੇ ਕਰਨ ਡਿਆ ਪਿਆ, ਨਵੀਂ ਸਰਕਾਰ ਆ ਗਈ ਆ, ਤੁਹਾਡਾ ਵੀ ਫਰਜ਼ ਬਣਦਾ ਨਾ, ਉਦੋਂ ਪੁੱਛਿਆ ਜਾਵੇ ਕਿ ਸਾਡੇ ਕੰਮ ਕਿਉਂ ਨਹੀਂ। ਪੁੱਛੀ ਦਾ ਭਾਈ, ਉਹ ਆਂਦੇ ਭਾਈ ਸਾਡੀ ਆ ਗੱਡੀ 'ਚ ਤੇਲ ਨਹੀਂ ਪੈਂਦਾ, ਸਾਨੂੰ ਤੇਲ ਵਾਸਤੇ ਪੈਸੇ ਚਾਹੀਦੇ ਆ। ਇਹਨਾਂ ਜਦੋਂ ਇਹਨਾਂ ਨੂੰ ਪੁੱਛੋ, ਉਹ ਕੱਲ੍ਹ ਨਹੀਂ ਆਏ ਤੁਸੀਂ ਵੀ ਇੰਨੇ ਦਿਨ ਆਏ ਨਹੀਂ, ਭਾਈ ਸਾਡੀ ਗੱਡੀ 'ਚ ਤੇਲ ਨਹੀਂ ਹੈਗਾ, ਸਾਨੂੰ ਤੇਲ ਨਹੀਂ ਦਿੰਦੇ, ਅਸੀਂ ਕਿੱਦਾਂ ਆ ਜਾਈਏ?
ਸਾਡੀ ਗੱਡੀ ਖਰਾਬ ਹੋ ਗਈ ਆ, ਬਸ ਇਹੋ ਹੀ ਬਹਾਨਾ ਇਹਨਾਂ ਕੋਲ, ਅੱਠ ਅੱਠ ਦਿਨ ਕੂੜਾ ਲੈਣ ਨਹੀਂ ਆਉਂਦੇ। ਤਰੀਕੇ ਨਾਲ ਫਿਰ ਜਵਾਬ ਦਿੱਤਾ ਜਾਏਗਾ ਆਉਣ ਵਾਲੀਆਂ ਇਲੈਕਸ਼ਨਾਂ 'ਚ? ਜਵਾਬ ਫਿਰ ਇਹੋ ਹੀ ਕੁਛ ਹੀ, ਵੋਟਾਂ ਨਾ ਪਾ ਕੇ ਹੋਰ ਕੀ ਆ? ਫਿਰ ਸਾਨੂੰ ਤਾਂ ਆਪ ਸਮਝ ਨਹੀਂ ਆਉਂਦੀ ਹੁਣ ਪਾਉਣੀਆਂ ਕਿਹਨੂੰ, ਇਹ ਤਾਂ ਪਾਉਣੀਆਂ ਹੀ ਨਹੀਂ ਕਿਹਨੂੰ ਗਾ, ਪਾਈਏ ਕਿਹਨੂੰ? ਪਹਿਲਾਂ ਉਹਨਾਂ ਨੂੰ ਪਾ ਕੇ ਵੇਖ ਲਈਆਂ, ਹੁਣ ਇਹ ਬਦਲਾਅ ਜਿਹੜਾ ਆਇਆ ਸੀ ਇਹਨੂੰ ਵੀ ਪਾ ਕੇ ਵੇਖ ਲਈਆਂ, ਅਜੇ ਵੀ ਕੋਈ ਹੱਲ ਨਹੀਂ ਹੁੰਦਾ। ਬਦਲਾਅ ਜ਼ਰੂਰ ਆਇਆ ਜੇ, ਇਹਨਾਂ ਦਾ ਆਪਣਾ ਬਦਲਾਅ ਆਇਆ, ਹਾਂ ਹੋਰ ਕਿਸੇ ਦਾ ਬਦਲਾਅ ਨਹੀਂ। ਮਾਨ ਸਾਹਿਬ ਨੇ ਵਿਆਹ ਜ਼ਰੂਰ ਕਰਾਇਆ, ਆਪਣਾ ਬਦਲਾਅ ਜ਼ਰੂਰ ਇਹਨਾਂ ਨੇ ਲਿਆਂਦਾ ਵਾ, ਜਿੰਨੇ ਛੜੇ ਸੀ ਸਾਰੇ ਵਿਆਹੇ ਗਏ ਆ, ਹੈ ਹੋਰ ਤਾਂ ਕਿਸੇ ਦਾ ਬਦਲਾਅ ਕੋਈ ਆਇਆ ਨਹੀਂ ਆ, ਇਹਨਾਂ ਦਾ ਬਦਲਾਅ ਜ਼ਰੂਰ ਆਇਆ, ਸਾਰੇ ਮੰਤਰੀ ਛੜੇ ਜਿੰਨੇ ਸੀ ਨਾ ਸਭ MLA ਵਿਆਹੇ ਗਏ ਆ, ਹੋਰ ਕਿਸੇ ਦਾ ਕੋਈ ਬਦਲਾਅ ਨਹੀਂ ਜੀ ਆਇਆ। ਮੋਦੀ ਕਹਿੰਦਾ ਸੀ ਮੇਰੀ ਹੈਗੀ ਨਹੀਂ ਤੁਹਾਡੀ, ਮੈਂ ਰਹਿਣ ਨਹੀਂ ਦੇਣੀ, ਉਹ ਸਾਵੜ ਨਾ ਕਰਨ ਦਾ ਆ, ਬਿਲਕੁਲ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ ਮੁਸ਼ਕਲਾਂ ਜ਼ਰੂਰ ਹੈਗੀਆਂ ਨੇ। ਪਿਛਲੇ ਸਾਲ ਤੋਂ ਵੱਧ ਹੋ ਗਿਆ ਜਾਂ 2 ਸਾਲ ਦੇ ਕਰੀਬ ਕਹਿ ਲਈਏ ਕਿ ਇਸ ਜਗ੍ਹਾ 'ਤੇ ਪਾਣੀ ਨੂੰ ਲੈ ਕੇ ਮੁਸ਼ਕਲਾਂ ਆ ਰਹੀਆਂ ਨੇ, ਚੈਂਬਰ ਜਿਹੜੇ ਨੇ ਉਹ ਭਰੇ ਰਹਿੰਦੇ ਨੇ। ਆਪਾਂ ਇਸ ਵੀਡੀਓ ਦੇ ਵਿੱਚ ਕਾਲ ਰਿਕਾਰਡਿੰਗ ਵੀ ਇੱਕ ਜ਼ਰੂਰ ਐਡ ਕਰਾਂਗੇ, ਜਿੱਥੇ ਆਪਾਂ ਨੰਬਰ ਤਾਂ ਸਰਦਾਰ ਮੇਜਰ ਸਿੰਘ ਹੁਣਾਂ ਦਾ ਲਗਾਇਆ ਸੀਗਾ ਜੋ ਲਿਖਿਆ ਸੀਗਾ, ਪਰ ਉਹ ਨੰਬਰ ਕਿਸੇ ਹੋਰ JEE ਨੂੰ ਲੱਗਦਾ ਆ। ਪਰ ਇਸੇ ਤਰੀਕੇ ਨਾਲ ਇਲਾਕਾ ਵਾਸੀਆਂ ਨੂੰ ਜ਼ਰੂਰ ਕਿਤੇ ਨਾ ਕਿਤੇ ਗੁੰਗਰਾਹ ਕੀਤਾ ਜਾ ਰਿਹਾ ਕਿ ਜੋ ਨੰਬਰ ਉੱਥੇ ਸਰਦਾਰ ਮੇਜਰ ਸਿੰਘ ਹੋਣਾ ਕਰਕੇ ਲਿਖੇ ਨੇ, ਪਰ ਉਹ ਨੰਬਰ ਕਿਤੇ ਹੋਰ ਜਾ ਕੇ ਲੱਗਦਾ। ਅਜਿਹੀਆਂ ਮੁਸ਼ਕਲਾਂ ਜ਼ਰੂਰ ਲੋਕਾਂ ਦੇ ਮਨਾਂ ਦੇ ਵਿੱਚ ਕਈ ਸਵਾਲ ਖੜੀਆਂ ਕਰਦੀਆਂ ਨੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਇਲਾਕਾ ਨਿਵਾਸੀਆਂ ਨੇ ਕਿਹਾ ਹੈ ਕਿ ਆਉਣ ਵਾਲੇ ਜੋ ਇਲੈਕਸ਼ਨਾਂ ਹੋਣਗੀਆਂ ਉਸ ਦੇ ਵਿੱਚ ਮੂੰਹ ਤੋੜ ਜਵਾਬ ਦਿੱਤਾ ਜਾਏਗਾ, ਅਸੀਂ ਕਿਸੇ ਵੀ ਪਾਰਟੀ ਨੂੰ ਵੋਟਾਂ ਜਿਹੜੀਆਂ ਉਹ ਨਹੀਂ ਪਾਵਾਂਗੇ। ਇੱਕ ਜ਼ਰੂਰ ਹੁਣ ਸਰਕਾਰ ਨੂੰ ਚੈਲੰਜ ਲੈ ਲੈਣਾ ਚਾਹੀਦਾ ਕਿ ਜਿਸ ਤਰੀਕੇ ਨਾਲ ਜੋ ਵਾਅਦੇ ਕਰਕੇ ਇਹਨਾਂ ਨੇ 92 ਸੀਟਾਂ ਜਿੱਤੀਆਂ ਨੇ, ਉਹ ਕੰਮ ਵੀ ਇਹਨਾਂ ਨੂੰ ਉਹ ਗੁਰੂ ਨਗਰੀ ਦੇ ਵਿੱਚ ਕਰਨੇ ਚਾਹੀਦੇ ਨੇ। ਮੈਨੂੰ ਤਾਂ ਉਹ ਇਜਾਜ਼ਤ ਔਨ ਏਅਰ ਦੇ ਲਈ, ਕੈਮਰਾਮੈਨ ਆਜ਼ਾਦ ਦੇ ਨਾਲ ਸਿਮਰਦੀਪ ਸਿੰਘ ਅੰਮ੍ਰਿਤਸਰ।